वाहिगुरु का खालसा ते वाहिगुरु की फतेह। आ पिंड राजकमाल विखे जिहड़ा पुराना भट्ठा सीगा ओह ढाया जा रहा, सारा ही भट्ठा ढाता आ। चार हजार नूं हजार इट दिंदे आ, जे किसे भरा नूं चाहीदी होवे ते ओह आके इत्थे मिल सकदे आ। फोन नंबर भी उहनां नूं दे देंगे ते फोन भी कर सकते आ। वीडियो नूं लाइक कर दियो, ਉਹ ਬਹੁਤ ਆ। ਸਾਰਾ ਪੁਰਾਣਾ ਭੱਠਾ ਢਾਤਾ। ਇਸ ਭੱਠੇ ਦੇ ਵਿੱਚੋਂ ਸੱਪ ਵੀ ਬਹੁਤ ਨਿਕਲਿਆ ਤੇ ਤਿੱਤਰ ਬਟੇਰੇ ਵੀ ਬਹੁਤ ਨਿਕਲੇ ਆ। ਭਾਜੀ ਨੰਬਰ ਕਿੰਨਾ ਆ? ਨੰਬਰ ਹੈਗਾ 98765 80157। ਇਸ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਆ। 4000 ਨੂੰ 1000 ਇੱਟ ਦਿੰਨੇ ਆ, ਜਿਹੜੇ ਵੀ ਕਿਸੇ ਭਰਾ ਨੂੰ ਲੋੜ ਆ ਤੇ ਆ ਕੇ ਲਿਜਾ ਸਕਦਾ। ਪਿੰਡ ਰਾਜਕਮਾਲ ਸ਼ੈਲਰ ਦੇ ਕੋਲ ਜਿਹੜਾ ਪੱਕੀ ਚਿਮਣੀ ਵਾਲਾ ਭੱਠਾ ਆ ਉੱਥੇ ਪਹੁੰਚ ਜਾਓ, ਤੇ ਇਦੂ ਬਾਅਦ ਸਰਾਲੀ ਵਾਲਾ ਵੀ ਭੱਠਾ ਢਾਉਣਾ ਆ ਉੱਥੇ ਵੀ ਪਹੁੰਚ ਸਕਦੇ ਆ। ਆ ਦੇਖੋ ਅਨਟੱਚ ਇੱਟ ਸਾਫ ਕੀਤੀ ਹੋਈ ਆ, ਬਿਲਕੁਲ ਇੱਟ ਸਾਫ ਆ। ਲੇਬਰ ਲੱਗੀ ਹੋਈ ਆ, ਜੇ ਕਿਤੇ ਇੱਟ ਨੂੰ ਗਾਰਾ ਵੀ ਲੱਗਾ ਆ ਤਾਂ ਉਹ ਵੀ ਸਾਫ ਕਰ ਦਿੰਦੇ ਆ। ਵਿੱਚੇ ਰੋੜੇ ਰੋੜੀ ਕੇਰੀ ਜੋ ਵੀ ਚਾਹੀਦਾ ਆ ਲਿਜਾ ਸਕਦੇ ਆ। 4000 ਨੂੰ 1000 ਇੱਟ। ਆਹ ਦੇਖੋ ਸਾਰਾ ਇਹ ਭੱਠਾ ਢਾਤਾ। ਇਹ ਘੱਟੋ ਘੱਟ 50 ਸਾਲ ਪੁਰਾਣਾ ਭੱਠਾ ਆ, ਅਸੀਂ ਵੀ ਛੋਟੇ ਛੋਟੇ ਹੁੰਦੇ ਹੀ ਜਦ ਦਾ ਇਹ ਭੱਠਾ ਆ। ਚੱਕ ਦਿੱਤੇ ਫੱਟੇ ਲੇਬਰ ਨੇ, ਸੱਪ ਵੀ ਬਹੁਤ ਨਿਕਲੇ ਆ ਤੇ ਡਮੂਹੀਆਂ ਵੀ ਬਹੁਤ ਨਿਕਲੀਆਂ, ਫੇਰ ਵੀ ਲੇਬਰ ਡਰਦੀ ਨਹੀਂ ਸੀ। ਸਾਰਾ ਭੱਠਾ ਢਹਿ ਗਿਆ ਤੇ ਇੱਥੇ ਹੁਣ ਖੱਤੇ ਬਣਨਗੇ। ਆਹ ਦੇਖੋ ਐਨ ਗੁਫਾ ਬਣੀ ਆ, ਇੱਥੋਂ ਦੀ ਧੂੰਆਂ ਨਿਕਲਦਾ, ਬੂਝੇ ਨਿਕਲੇ ਆ ਕਿਤੇ ਕੁਛ। ਉਹ ਪੱਕੀ ਚਿਮਣੀ ਉੱਤੇ ਨੂੰ ਲੰਬੀ। ਆਹ ਦੇਖੋ ਆਹ ਗੁਫਾ ਆ, ਆਹ ਸਾਰੀਆਂ ਇੱਟਾਂ ਇਹਨਾਂ ਨੇ ਵੇਚਣੀਆਂ ਆ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਈਓ, ਚੈਨਲ ਨੂੰ ਸਬਸਕ੍ਰਾਈਬ ਕਰ ਦਈਓ। ਨਾ ਤਾਂ ਇਹਨਾਂ ਨੂੰ ਸੀਮਿੰਟ ਲੱਗਾ ਆ ਤੇ ਨਾ ਹੀ ਕੋਈ ਕਾਲੋਂ ਲੱਗੀ ਆ, ਜਿੱਦਾਂ ਧੂਵੇਂ ਦੀ ਕਾਲੋਂ ਹੁੰਦੀ ਆ। ਭੱਠੇ ਦੀ ਇੱਟ ਆ, ਐਨ ਸਾਫ ਇੱਟ ਆ। 4000 ਨੂੰ 1000 ਇੱਟ ਦਿੰਦੇ ਆ, ਤੇ ਜਿਹੜੇ ਵੀ ਭਰਾ ਨੂੰ ਚਾਹੀਦੀ ਹੋਵੇ ਲਿਜਾ ਸਕਦਾ ਆ। ਪਿੰਡ ਰਾਜਕਮਾਲ ਸ਼ੈਲਰ ਦੇ ਕੋਲੋਂ ਰਾਹ ਮੁੜਦਾ, ਜੇ ਆਪਾਂ ਗ੍ਰਾਂ ਵੱਲੋਂ ਆਉਂਦੇ ਹਾਂ ਤਾਂ ਖੱਬੇ ਹੱਥ ਨੂੰ, ਜੇ ਜੜਿਆਲੇ ਵੱਲੋਂ ਆਉਂਦੇ ਹਾਂ ਤਾਂ ਸੱਜੇ ਹੱਥ ਨੂੰ। ਆਹ ਦੇਖੋ ਐਨ ਇੱਟਾਂ ਸਾਫ ਆ, ਸਾਫ। ਆਹ ਟਰੇਲੀ ਖੜ੍ਹੀ ਆ, ਇਹਨਾਂ ਕੋਲ ਟਰੈਕਟਰ ਵੀ ਆ ਅਤੇ ਉਹ ਟਰੇਲੀ ਵੀ ਆ, ਅਤੇ ਇਹ ਪਹੁੰਚ ਕਰਦੇ ਆ ਯਾਨੀ ਕਿ 4000 ਨੂੰ 1000 ਇੱਟ ਦੀ। ਰੋੜੇ ਵੀ ਆ, ਟਾਈਲਾਂ ਵੀ ਆ, ਜਿਹੜੀ ਚੀਜ਼ ਚਾਹੀਦੀ ਆ ਆਸਾਨੀ ਦੇ ਨਾਲ ਲਿਜਾ ਸਕਦਾ। ਆ ਟਰੇਲੀ ਵੀ ਖੜ੍ਹੀ ਕੀਤੀ ਆ, 4000 ਨੂੰ ਪਹੁੰਚ ਕਰਦੇ ਆ। ਆ ਸਾਰਾ ਇਹ ਭੱਠਾ ਢਾਉਣਾ ਆ, ਯਾਨੀ ਕਿ ਇੱਕ ਸਾਈਡ ਚੱਕ ਹੋਈ ਆ ਹਲੇ, ਅਤੇ ਆ ਗੁਫਾ ਜਿਹੀਆਂ ਸਾਰੀਆਂ ਹੀ ਢਾਉਣੀਆਂ ਆ ਜਿਹੜੀਆਂ ਧੂੰਏ ਵਾਲੀਆਂ ਹੁੰਦੀਆਂ ਗੁਫਾ ਜਿਹੜੀ ਆ। ਇਹ ਦੇਖ ਲਓ ਵੀ ਆ ਕਾਨੇ ਉੱਗੇ ਆ ਅਤੇ ਕਿੰਨੇ ਸਾਲ ਪੁਰਾਣਾ ਭੱਠਾ ਹੋਊਗਾ ਇਹ। ਇਸ ਤੋਂ ਬਾਅਦ ਇਹਨਾਂ ਨੇ ਸਰਾਲੀ ਵਾਲਾ ਭੱਠਾ ਖਰੀਦਿਆ, ਉਹ ਵੀ ਇਹਨਾਂ ਨੇ ਢਾਉਣਾ ਆ। ਆਹ ਦੇਖ ਲਓ ਐਨ ਇੱਟ ਟੱਲੀ ਵਾਂਗੂ ਵੱਜਦੀ ਆ। ਆਹ ਦੇਖੋ ਇਹ ਟੁੱਟਦੀ ਵੀ ਹੈ ਨਹੀਂ, ਆਹ ਦੇਖ ਲਓ ਟੁੱਟਦੀ ਵੀ ਨਹੀਂ ਹੈਗੀ ਇੱਟ, ਐਨ ਸਾਫ ਇੱਟ ਆ। ਕੋਈ ਜਾਣੀ ਕਿ ਇੱਦਾਂ ਦੀ ਸ਼ਕਵਾ ਨਹੀਂ, ਖੜਕਾ ਕੇ ਲਓ ਟਣਕਾ ਕੇ, ਜਦ ਆਪਾਂ ਪੈਸੇ ਦੇਣੇ ਆ ਤਾਂ ਇੱਟ ਵੀ ਟਣਕਾ ਕੇ ਲੈਣੀ ਆ। ਆ ਸਾਰਾ ਹੀ ਭੱਠਾ ਇੱਧਰੋਂ ਚੱਕ ਦਿੱਤਾ। ਵੀਡੀਓ ਵਧੀਆ ਲੱਗੂ ਤਾਂ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਓਕੇ ਬਾਏ।